ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ। ਸੋ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ, ਅੰਮ੍ਰਿਤਪਾਲ ਸੂਟਸ ਚੈਨਲ 'ਤੇ ਜੀ। ਸੋ ਅੱਜ ਤੁਹਾਡਾ ਵੀਰ ਤੁਹਾਡੇ ਲਈ ਲੈ ਕੇ ਆ ਗਿਆ ਜੀ 18 ਦਾ ਸਟੋਕ। ਸੋ ਸਸਤੇ ਰੇਟ ਵਿੱਚ 18 ਅੱਜ ਤੁਹਾਨੂੰ ਦਿਖਾਉਂਦੇ ਹਾਂ ਜੀ। ਵੀਡੀਓ ਨੂੰ ਦੇਖਣ ਤੋਂ ਪਹਿਲਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ, ਅਤੇ ਸਾਨੂੰ ਦੱਸਿਓ ਤੁਸੀਂ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖਦੇ ਆ ਜੀ। ਕਰਦੇ ਆ ਵੀਡੀਓ ਨੂੰ ਸਟਾਰਟ ਜੀ। ਸੋ ਮੇਰੇ ਵੀਰ ਭਰਾ ਨੂੰ, ਕਿਸੇ ਨੂੰ ਵੀ ਨਵੀਂ ਥਾਰ ਚਾਹੀਦੀ ਹੋਵੇ ਜੀ, ਫਸਟ ਓਨਰ ਤੁਹਾਡੇ ਨਾਂ 'ਤੇ ਸਿਰਫ ਇੱਕ ਦਿਨ 'ਚ ਅਵੇਲੇਬਲ ਕਰਾ ਕੇ ਦੇਵਾਂਗੇ ਜੀ ਤੁਹਾਨੂੰ। ਅਤੇ ਆਟੋਮੈਟਿਕ, ਮੈਨੂਅਲ, ਜਿਹੜੀ ਮਰਜ਼ੀ ਥਾਰ 4x4, 4x2, ਸਿਰਫ ਇੱਕ ਦਿਨ 'ਚ ਤੁਹਾਨੂੰ ਮੰਗਾ ਕੇ ਦੇਵਾਂਗੇ ਜੀ ਤੁਹਾਡੇ ਆਪਣੇ ਨਾਂ 'ਤੇ। ਸੋ ਇੱਕ ਵਾਰੀ ਵਿਜ਼ਿਟ ਕਰੋ ਭੋਪਰ ਭੰਡਾਰੀ ਕਾਰ ਬਾਜ਼ਾਰ। ਬਾਕੀ ਵੀਡੀਓ ਸ਼ੁਰੂ ਕਰਦੇ ਹਾਂ। ਲਓ ਜੀ, ਆਪਣੇ ਕੋਲ 24 ਮਾਡਲ ਆ ਗਿਆ ਜੀ ਥਾਰ ਦਾ 4x2, ਸਿਰਫ 1100 ਕਿਲੋਮੀਟਰ ਕਾਰ ਚੱਲੀ ਹੈ ਜੀ, 1490 ਦੀ, ਸਿਰਫ 1490 ਦੀ ਤੁਹਾਨੂੰ ਗੱਡੀ ਦੇ ਦੇਵਾਂਗੇ। ਬਾਕੀ 4x2 ਵੇਰੀਐਂਟ ਹੈ, ਮੈਨੂਅਲ 'ਚ ਕਾਰ ਆ। ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ, ਤੁਹਾਨੂੰ ਦਿਖਾ ਦਿੰਦੇ ਇੱਕ ਵਾਰੀ ਵਿੱਚੋਂ ਚੈੱਕ ਕਰਾ ਦਿੰਦੇ ਗੱਡੀ ਦਾ ਇੰਟੀਰੀਅਲ ਜੀ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਨਿਗਾਹ ਮਾਰ ਸਕਦੇ ਆ ਜੀ, ਬਿਲਕੁਲ ਸਾਫ਼ ਕਾਰ ਹੈ ਜੀ। ਬਾਕੀ ਤੁਹਾਨੂੰ 4x2 ਮਿਲ ਜੂਗੀ ਜੀ ਵਧੀਆ ਰੇਟ। ਬਾਕੀ ਗੱਡੀ ਦੀ ਤੁਸੀਂ ਬੈਕ ਲੁੱਕ ਚੈੱਕ ਕਰ ਸਕਦੇ ਹੋ ਜੀ, ਸਿਰਫ 1100 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ। ਹੁਣ ਚੱਲਦੇ ਹਾਂ ਜੀ ਅਗਲੀ ਥਾਰ 'ਤੇ। ਲਓ ਜੀ, ਅੱਗੇ ਆਪਣੇ ਕੋਲ ਆ ਗਈ ਹੈ ਜੀ 4x2 'ਚ 24 ਮਾਡਲ ਕਾਰ ਆ ਗਈ ਹੈ ਜੀ, ਸਿਰਫ ਓਨਲੀ 185 ਕਿਲੋਮੀਟਰ ਕਾਰ ਚੱਲੀ ਹੈ ਜੀ, 15,25,000 'ਚ ਤੁਹਾਨੂੰ ਕਾਰ ਦੇ ਦਾਂਗੇ ਜੀ। ਸੋ ਇਹ ਵੀ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ। ਬਾਕੀ ਓਕੇ ਕੰਡੀਸ਼ਨ ਹੈ ਜੀ, ਗੱਡੀ ਦੀ ਫੁੱਲ ਗਰੰਟੀ ਦੇਵਾਂਗੇ ਤੁਹਾਨੂੰ, ਬਿਲਕੁਲ ਸਾਫ਼ ਨੀਟ ਐਂਡ ਕਲੀਨ ਕਾਰ ਹੈ ਜੀ। ਬਾਕੀ ਵਿੱਚੋਂ ਦੇਖ ਸਕਦੇ ਹੋ ਜੀ ਮੈਟ ਮੂਡ ਵਿੱਚ ਲੱਗੇ ਹੋਏ ਆ ਜੀ, ਮੈਨੂਅਲ 'ਚ ਕਾਰ ਆ, ਬਿਲਕੁਲ ਸਾਫ਼ ਕਾਰ ਹੈ ਜੀ ਅੰਦਰੋਂ। ਸੋ ਮੇਰੇ ਵੀਰ ਭਰਾ ਕਹਿੰਦੇ ਸੀ ਤੁਸੀਂ ਰੇਟ ਬਹੁਤ ਜ਼ਿਆਦਾ ਰੱਖੇ ਹੋਏ ਆ ਕਾਰਾਂ ਦੇ ਜੀ, ਹੁਣ ਤੁਹਾਨੂੰ ਡਿਸਕਾਊਂਟ ਕਰਕੇ ਥਾਰਾਂ ਵਧੀਆ ਰੇਟ 'ਤੇ ਦੇ ਦੇਵਾਂਗੇ ਜੀ। ਬਾਕੀ ਬੈਕ ਲੁੱਕ ਦੇਖ ਲਓ ਗੱਡੀ ਦੀ ਜੀ। ਹੁਣ ਚੱਲਦੇ ਹਾਂ ਅਗਲੀ ਥਾਰ ਵੱਲ ਜੀ। ਲਓ ਜੀ, ਅੱਗੇ ਆ ਗਈ ਹੈ ਜੀ 4x4, 23 ਮਾਡਲ ਆ ਗਿਆ ਜੀ, 6000 ਸਿਰਫ ਕਾਰ ਚੱਲੀ ਆ, ਓਨਲੀ 6000 ਇਹ ਤੁਹਾਨੂੰ ਦੇ ਦਾਂਗੇ ਜੀ 16,80,000 'ਚ ਜੀ। ਅਤੇ ਬਾਕੀ ਇਹ ਮੈਨੂਅਲ ਕਾਰ ਹੈ ਜੀ, ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ, ਦੇਖ ਰਹੇ ਹੋ ਜੀ ਬਿਲਕੁਲ ਨੀਟ ਐਂਡ ਕਲੀਨ ਐਂਡ ਸਾਫ਼ ਕਾਰ ਹੈ ਜੀ। ਬਾਕੀ ਕੰਡੀਸ਼ਨ ਗੱਡੀ ਦੀ ਦੇਖ ਸਕਦੇ ਹੋ, ਵਿੱਚੋਂ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ ਜੀ। ਸੋ ਇਹ ਵੀ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ ਜੀ। ਅਤੇ ਬਾਕੀ ਵਿੱਚੋਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ, ਬਿਲਕੁਲ ਨੀਟ ਐਂਡ ਕਲੀਨ ਕਾਰ ਹੈ ਜੀ। ਬਾਕੀ ਟਾਇਰਾਂ ਦੀ ਕੰਡੀਸ਼ਨ ਦਿਖਾ ਦਿਓ ਜੀ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਹੈ ਜੀ, ਜੈਨੂਅਨ ਟਾਇਰ ਹੈ। ਸੋ ਬਾਕੀ ਗੱਡੀ ਦੀ ਬੈਕ ਲੁੱਕ, PB06 ਨੰਬਰ ਲੱਗਾ ਹੋਇਆ ਜੀ ਗੱਡੀ ਨੂੰ। ਸੋ ਇਹ 4x4 ਚ ਆ ਗਈ ਹੈ ਜੀ ਥਾਰ। ਸੋ ਅੱਗੇ ਮੇਰੇ ਵੀਰ ਭਰਾਵਾਂ ਦੀ ਡਿਮਾਂਡ ਆਉਂਦੀ ਸੀ ਜੀ ਓਲਾਏ ਟਾਇਰਾਂ ਵਾਲੀ, ਸਾਨੂੰ ਥਾਰ ਦਿਖਾਓ ਜੀ। ਸੋ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਜੀ। ਸੋ ਇਹ ਆ ਗਿਆ ਜੀ 4x2 ਵੇਰੀਐਂਟ, 23 ਮਾਡਲ ਹੈ ਜੀ, 20,000 ਸਿਰਫ ਕਾਰ ਚੱਲੀ ਹੈ ਜੀ, ਇਹ ਤੁਹਾਨੂੰ ਅਸੀਂ ਦੇ ਦਾਂਗੇ 14,25,000 'ਚ ਕਾਰ ਦੇ ਦਾਂਗੇ ਜੀ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਲਓ, ਤੁਹਾਡੇ ਸਾਹਮਣੇ ਆ ਓਲਾਏ ਟਾਇਰ ਗੱਡੀ ਨੂੰ ਲੱਗੇ ਹੋਏ ਆ ਜੀ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਲਓ ਜੀ, ਇਹ ਵੀ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ ਜੀ। ਬਾਕੀ ਇੱਕ ਵਾਰੀ ਚੈੱਕ ਕਰ ਲਓ ਜੀ, ਬਿਲਕੁਲ ਨੀਟ ਐਂਡ ਕਲੀਨ ਕਾਰ ਹੈ ਜੀ, ਸਾਫ਼ ਕਾਰ ਆ, ਵਿੱਚੋਂ ਅੰਦਰੋਂ ਇੰਟੀਰੀਅਲ ਦੇਖ ਸਕਦੇ ਹੋ ਤੁਸੀਂ ਗੱਡੀ ਦਾ ਜੀ। ਬਾਕੀ ਘੈਂਟ ਓਲਾਏ ਟਾਇਰ ਲੱਗੇ ਹੋਏ ਆ ਜੀ ਗੱਡੀ ਨੂੰ। ਬਾਕੀ ਬੈਕ ਲੁੱਕ ਦੇਖ ਸਕਦੇ ਹੋ ਜੀ, PB21 ਨੰਬਰ, 7800 ਨੰਬਰ ਲੱਗਾ ਹੋਇਆ ਜੀ, ਨੰਬਰ ਵੀ ਸੋਹਣਾ ਲੱਗਾ ਹੋਇਆ ਜੀ ਕਾਰ ਨੂੰ। ਸੋ ਅੱਗੇ ਚੱਲਦੇ ਹਾਂ ਜੀ। ਲਓ ਜੀ, ਅੱਗੇ ਫਿਰ ਆ ਗਈ ਹੈ ਜੀ 4x4, ਇਹ ਆ ਗਿਆ ਜੀ ਆਪਣੇ ਕੋਲ 22 ਮਾਡਲ। ਸੋ ਇਹ ਸਿਰਫ ਚੱਲੀ ਹੋਈ ਹੈ ਜੀ 5,234 ਕਿਲੋਮੀਟਰ, 16,85 ਦੀ ਤੁਹਾਨੂੰ ਗੱਡੀ ਦੇ ਦਾਂਗੇ, 16,85,000 ਦੀ। ਬਾਕੀ ਸਲਿੱਪ ਤੁਸੀਂ ਦੇਖ ਲਓ, ਚੈੱਕ ਕਰ ਲਓ ਜੀ,
ਇਹ ਵੀ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ। ਬਾਕੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਅੰਦਰੋਂ ਇੱਕ ਵਾਰੀ ਦਿਖਾ ਦਿੰਦੇ ਹਾਂ, ਨਿਗਾਹ ਮਰਵਾ ਦਿੰਦੇ ਹਾਂ ਜੀ। ਲਓ ਜੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਲਓ ਜੀ, ਬਿਲਕੁਲ ਸਾਫ਼ ਕਾਰ ਹੈ ਜੀ। ਸੀਟਾਂ ਸੁੱਟਾਂ ਸਭ ਕੁਛ ਓਕੇ ਹੈ ਜੀ, ਜੈਨੂਨ ਕੱਲ੍ਹ 4x4 ਦੇ ਵਿੱਚ ਕਾਰ ਮਿਲ ਜੂਗੀ ਤੁਹਾਨੂੰ। PB08 ਜਲੰਧਰ ਨੰਬਰ ਲੱਗਾ ਹੋਇਆ ਜੀ ਕਾਰ ਨੂੰ। ਸੋ ਅੱਗੇ ਚੱਲਦੇ ਹਾਂ ਜੀ। ਲਓ ਜੀ ਅੱਗੇ ਆਪਣੇ ਕੋਲ ਆ ਗਈ ਹੈ ਜੀ ਪੁਰਾਣੀ ਸ਼ੇਪ 'ਚ ਥਾਰ। ਇਹ ਵੀ ਤੁਸੀਂ ਦੇਖ ਸਕਦੇ ਹੋ ਜੀ, ਇਹ ਆ ਗਿਆ ਜੀ ਆਪਣੇ ਕੋਲ 18 ਮਾਡਲ ਪੁਰਾਣੀ ਸ਼ੇਪ 'ਚ ਜੀ। ਸੋ ਇਹ 40,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ। ਸੋ ਇਹ ਤੁਹਾਨੂੰ ਆਪਾਂ ਦੇ ਦਾਂਗੇ 8,70,000 'ਚ ਪੁਰਾਣੀ ਸ਼ੇਪ ਦੀ ਤਿਆਰ ਹੋਈ ਹੋਈ ਹੈ ਜੀ ਕਾਰ। ਸੋ ਇਹ ਵੀ 4x4 ਹੈ ਜੀ, ਮੈਨੂਅਲ 'ਚ ਕਾਰ ਤੁਹਾਨੂੰ ਮਿਲ ਜੂਗੀ। ਇਹ ਵੀ ਵਿੱਚੋਂ ਨੀਟ ਐਂਡ ਕਲੀਨ ਕਾਰ ਹੈ ਜੀ। ਸੋ ਇਹਦੇ ਪਿੱਛੇ ਬੈੱਡ ਲੱਗਾ ਹੋਇਆ ਜੀ, ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਬਾਕੀ ਗੱਡੀ ਦਾ ਫਰੰਟ ਵਾਲਾ ਇੰਟੀਰੀਅਰ ਦੇਖ ਲਓ, ਮੋਹਰਿਓਂ ਦੇਖ ਲਓ। ਬਾਕੀ ਪਿੱਛੋਂ ਮੇਰੇ ਵੀਰ ਭਰਾਵਾਂ ਦਿਖਾਓ, ਗੱਡੀ ਵਿੱਚ ਬੈੱਡ ਲੱਗਾ ਹੋਇਆ ਜੀ। ਜਿੱਦਾਂ ਮਰਜ਼ੀ ਨਜ਼ਾਰੇ ਨਾਲ ਲੰਮੇ ਪੈ ਕੇ ਜਿੱਥੇ ਮਰਜ਼ੀ ਜਾ ਸਕਦੇ ਹਾਂ ਜੀ ਤੁਸੀਂ। ਲਓ ਜੀ ਅੱਗੇ ਆਪਣੇ ਕੋਲ ਆ ਗਈ ਹੈ ਜੀ 4x2 23 ਮਾਡਲ ਆ ਗਈ ਹੈ ਜੀ। 7,000 ਗੱਡੀ ਚੱਲੀ ਆ ਓਨਲੀ 14,25,000 'ਚ ਜੀ। ਓਨਲੀ 14,25,000 'ਚ ਤੁਹਾਨੂੰ ਮਿਲ ਜੂਗੀ ਜੀ। ਸੋ ਇਹ ਵੀ ਤੁਹਾਨੂੰ ਕਾਰ ਵਧੀਆ ਰੇਟ 'ਤੇ ਦੇ ਦੇਵਾਂਗੇ। ਬਾਕੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਵਿੱਚੋਂ ਇੱਕ ਵਾਰੀ ਦਿਖਾ ਦਿੰਦੇ ਹਾਂ ਜੀ। ਇੱਕ ਵਾਰੀ ਮੇਰੇ ਵੀਰ ਭਰਾਵਾਂ ਨੂੰ ਵਿੱਚੋਂ ਗੱਡੀ ਵੱਲ ਨਜ਼ਰ ਮਰਵਾ ਦਿਓ ਜੀ, ਜਿਹੜੇ ਆਪਾਂ ਨੂੰ ਬਾਅਦ 'ਚ ਕਰ ਰਹੇ ਇਸ ਟਾਈਮ ਦੇਖ ਰਹੇ ਆ। ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਇੱਦਾਂ ਹੀ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਦਿਖਾਵਾਂਗੇ ਜੀ ਆਉਣ ਵਾਲੀਆਂ ਕਾਰਾਂ ਦੀਆਂ, ਜਿਹੜੀਆਂ ਵੀ ਆਪਣੇ ਕੋਲ ਇਸ ਟਾਈਮ ਕਾਰਾਂ ਖੜੀਆਂ ਜਾਂ ਆਉਂਦੀਆਂ ਹੈ ਨਵੀਆਂ। ਬਾਕੀ ਗੱਡੀ ਦੀ ਇਹਦੀ ਲੁੱਕ ਦੇਖ ਲਓ ਜੀ, PB91 ਨੰਬਰ ਲੱਗਾ ਜੀ, 5239 ਨੰਬਰ ਵੀ ਗੱਡੀ ਨੂੰ ਸੋਹਣਾ ਲੱਗਾ ਜੀ। ਲਓ ਜੀ ਅੱਗੇ ਆਪਾਂ ਚੱਲਦੇ ਹਾਂ ਅਗਲੀ ਕਾਰ ਵੱਲ ਜੀ। ਅੱਗੇ ਆਪਣੇ ਕੋਲ ਆ ਗਈ ਹੈ ਜੀ 2023 ਮਾਡਲ ਆ ਗਈ ਹੈ ਜੀ ਡੀਜ਼ਲ 'ਚ। ਸੋ 18,000 ਕਾਰ ਚੱਲੀ ਹੈ ਜੀ, 14,00,000 ਇਹਦਾ ਰੇਟ ਹੈ ਜੀ। ਸੋ ਇਹ ਆ ਗਈ ਹੈ ਜੀ 4x4 23 ਮਾਡਲ ਆ, 18,000 ਚੱਲੀ ਹੈ, 14,00,000 ਇਹਦਾ ਰੇਟ ਹੈ ਜੀ। ਇਹ ਵੀ ਤੁਹਾਨੂੰ ਵਧੀਆ ਰੇਟ 'ਚ ਗੱਡੀ ਦੇ ਦੇਵਾਂਗੇ। ਬਾਕੀ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਜੀ, ਬਾਕੀ ਤੁਹਾਨੂੰ ਵਿੱਚੋਂ ਗੱਡੀ ਦਾ ਇੰਟੀਰੀਅਰ ਚੈੱਕ ਕਰਵਾ ਦਿੰਦੇ ਹਾਂ ਜੀ। ਲਓ ਜੀ ਵਿੱਚੋਂ ਵੀ ਇੱਕ ਵਾਰੀ ਮੇਰੇ ਵੀਰ ਭਰਾ ਨਜ਼ਰ ਮਾਰ ਲਓ ਜੀ, ਦੇਖ ਸਕਦੇ ਹੋ ਬਿਲਕੁਲ ਸਾਫ਼ ਕਾਰ ਹੈ ਜੀ। ਲੋਗੋ ਇਹਦਾ 4x4 ਦਾ ਲੱਗਾ ਹੋਇਆ ਜੀ, ਪਰ ਹੈਗੀ 4x2 ਹੈ ਜੀ, ਇਹ ਨਾ ਤੁਸੀਂ ਭੁਲੇਖਾ ਕਰ ਜਿਓ, ਇਹ 4x2 ਹੈ ਜੀ, 4x4 ਨਹੀਂ ਗੀ। ਸੋ ਲੋਗੋ ਇਹਦਾ ਸਿਰਫ 4x4 ਦਾ ਲਾਇਆ ਹੋਇਆ ਜੀ। ਸੋ ਅੱਗੇ ਚੱਲਦੇ ਹਾਂ ਜੀ, ਅੱਗੇ ਆਪਣੇ ਕੋਲ ਆ ਗਈ ਹੈ ਜੀ 23 ਮਾਡਲ, ਇਹ 4x4 ਆ ਗਈ ਹੈ ਜੀ 23 ਮਾਡਲ, 15,000 ਓਨਲੀ ਗੱਡੀ ਚੱਲੀ ਹੈ ਜੀ। 16,75,000 ਦੀ ਇਹ ਤੈਨੂੰ ਕਾਰ ਦੇ ਦਾਂਗੇ ਜੀ। ਇਹ ਵੀ ਮੈਨੂਅਲ ਦੇ ਵਿੱਚ ਕਾਰ ਆ, ਬਾਕੀ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ। ਰੇਟ ਲਿਸਟ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਜੀ, ਰੇਟ ਲਿਸਟ ਦੇਖ ਲਓ ਮੇਰੇ ਵੀਰ ਭਰਾ। ਬਾਕੀ ਗੱਡੀ ਦਾ ਅੰਦਰਲਾ ਇੰਟੀਰੀਅਰ ਦਿਖਾ ਦਿੰਦੇ, ਇਹਦੇ ਕਰੋਮ ਲੱਗੀ ਹੋਈ ਹੈ ਲੱਟਾਂ 'ਤੇ, ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਤੁਸੀਂ ਨਿਗਾਹ ਮਾਰ ਸਕਦੇ ਹੋ ਜੀ। ਕਰੋਮ ਲੱਗੀ ਆ, ਵੀ ਕਰੋਮ ਲੱਗੀ ਹੈ ਜੀ ਗੱਡੀ ਨੂੰ। ਸੋ ਆਹ ਵੀ ਚੀਜ਼ਾਂ 'ਤੇ ਕਰੋਮ ਲੱਗੀ ਹੋਈ ਹੈ ਜੀ। ਬਾਕੀ ਗੱਡੀ ਦਾ ਇੰਟੀਰੀਅਰ ਤੁਹਾਨੂੰ ਅੰਦਰੋਂ ਦਿਖਾ ਦਿੰਦੇ ਹਾਂ, ਅੰਦਰੋਂ ਇੱਕ ਵਾਰੀ ਚੈੱਕ ਕਰ ਲਓ ਮੇਰੇ ਵੀਰ ਭਰਾ, ਨਿਗਾਹ ਮਾਰ ਲਓ ਜੀ। ਬਿਲਕੁਲ ਸਾਫ਼ ਵਧੀਆ ਕੰਡੀਸ਼ਨ ਦੀ, ਗੁੱਡ ਕੰਡੀਸ਼ਨ ਦੀ ਤੁਹਾਨੂੰ ਕਾਰ ਮਿਲ ਜੂਗੀ ਜੀ। ਸੋ ਬਾਕੀ ਇਹਦੇ ਬੈਕ 'ਤੇ ਵੀ ਕਰੋਮ ਲੱਗੀ ਹੋਈ ਹੈ ਲਾਈਟਾਂ 'ਤੇ, ਨੀਚੇ ਵੀ ਕਰੋਮ ਲੱਗੀ ਹੋਈ ਆ, ਦੇਖ ਸਕਦੇ ਹੋ ਜੀ। ਲਓ ਜੀ ਅੱਗੇ ਆਪਣੇ ਕੋਲ ਮੇਰੇ ਵੀਰ ਭਰਾਵਾਂ ਦੀ ਡਿਮਾਂਡ ਆਉਂਦੀ ਸੀ ਆਟੋਮੈਟਿਕ ਦੇ ਵਿੱਚ ਥਾਰ ਦਿਖਾਓ ਜੀ, ਆਟੋਮੈਟਿਕ 'ਚ ਥਾਰ ਲੈ ਕੇ ਆਓ। ਸੋ ਆਪਣੇ ਕੋਲ ਆ ਗਈ ਹੈ ਜੀ 22 ਮਾਡਲ, ਓਨਲੀ 29,000 ਗੱਡੀ ਚੱਲੀ ਹੋਈ ਹੈ ਜੀ। 16,50 ਦੀ ਤੁਹਾਨੂੰ ਦੇ ਦੇਵਾਂਗੇ ਜੀ ਕਾਰ, ਬਾਕੀ ਰੇਟ ਲਿਸਟ ਤੁਸੀਂ ਦੇਖ ਸਕਦੇ ਹੋ ਜੀ। ਇਹ ਤੁਹਾਨੂੰ ਆਟੋਮੈਟਿਕ 'ਚ ਮਿਲ ਜੂਗੀ 4x4 ਆਟੋਮੈਟਿਕ 'ਚ ਮਿਲ ਜੂਗੀ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਲਓ ਵਿੱਚੋਂ, ਇੱਕ ਵਾਰੀ ਨਿਗਾਹ ਮਾਰ ਲਓ ਮੇਰੇ ਵੀਰ ਭਰਾ ਜਿਹੜੇ ਸਾਨੂੰ ਦੇਖ ਰਹੇ ਆ ਬਾਅਦ 'ਚ ਕਰ ਰਹੇ ਆ ਵੀਡੀਓ। ਸੋ ਬਿਲਕੁਲ ਜੈਨੂਅਨ ਰੇਟ ਹੈ ਜੀ ਗੱਡੀ ਦਾ, ਜੈਨੂਅਨ ਮੀਟਰ ਹੈ ਜੀ।
ਬਾਕੀ ਤੁਹਾਡਾ ਥੋੜ੍ਹਾ ਬਹੁਤਾ ਹੋਰ ਅਸੀਂ ਮਾਣ ਤਾਣ ਕਰ ਦਾਂਗੇ ਆਇਆਂ ਦਾ ਜੀ। ਬਾਕੀ ਨੰਬਰ ਦੇ ਸਕਦੇ ਹੋ PV12 ਨੰਬਰ ਲੱਗਾ ਹੋਇਆ ਜੀ, 1008 ਸੋਹਣਾ ਨੰਬਰ ਲੱਗਾ ਹੋਇਆ ਜੀ ਗੱਡੀ ਨੂੰ। ਸੋ ਇੱਦੀ ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਨਵੀਆਂ ਨਵੀਆਂ ਵੀਡੀਓ ਨਾਲ ਅਸੀਂ ਮਿਲਦੇ ਰਹਾਂਗੇ ਜੀ। ਵੀਡੀਓ ਨੂੰ ਜਾਂਦੇ ਹੋਏ ਲਾਈਕ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ। ਸੋ ਚੰਗਾ ਜੀ, ਮਿਲਦੇ ਹਾਂ ਅਗਲੀ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।